ਪੇਸ਼ ਸੰਤੋਖ ਸਿੰਘ ਧੀਰ ਦੀ ਕਹਾਣੀ ਭੇਤ ਵਾਲੀ ਗੱਲ ਵਿਰੇੜੇ ਦੀ ਬਲਗਣ ਉਤੋਂ ਉੱਡ ਕੇ ਮੌਕਾ ਬਚਾਉਂਦਿਆਂ ਜੈਲਦਾਰਾਂ ਦੀ ਹਰ ਪ੍ਰਕਾਸ਼ ਗਲੀ ਵਿੱਚੋਂ ਲੰਗੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕਦੀ ਕਿਤੇ ਹਲਕਾ ਜਿਹਾ ਮੁਸਕਰਾ ਪਈ ਕਿ ਅਚਨ ਚੇਤ ਮੋੜ ਉਤੋਂ ਆ ਧਮਕੇ ਬਾਰੀਆਂ ਦੇ ਤਿਲਕੂ ਨੇ ਟੇਢੀ ਅੱਖੀਂ ਦੇਖ ਲਿਆ ਇੱਕ ਤਾਂ ਇਸ਼ਕ ਮੁਸ਼ਕਲ ਲੁਕਾਇਆ ਸੌਰੀ ਲੁਕਦੇ ਵੀ ਤਾਂ ਨਹੀਂ ਹਨਾ ਬਾਰੀਆਂ ਦੇ ਤਿਲਕੂ ਨੂੰ ਜਿਵੇਂ ਕੁਝ ਲੱਭ ਤਿਆ ਹੋਵੇ ਥੋੜਾ ਥੋੜਾ ਖਾਂਗਦਾ ਤੇ ਮੁਸਕਰਾਂਦਾ ਉਹ ਐਰਨਹਾਲੀ ਆਇਆ ਸੁੱਚਾ ਲਹਾਰ ਉਹਦਾ ਜਿਗਰੀ ਯਾਰ ਸੀ ਪਰ ਐਰਨਹਾਲੀ ਉੱਟ ਟੁੱਟ ਮਰੰਮਤ ਕਰਾਉਣ ਤੇ ਫਾਲੇ ਆਦ ਡੰਗਾਉਣ ਵਾਲੇ ਕਿਸਾਨਾਂ ਦਾ ਇਕੱਠ ਜਿਆ ਸੀ ਉਹ ਪੈਰ ਜੇ ਮਰਦਾ ਖਲੋ ਗਿਆ ਭਖ ਦੇ ਲੋਹੇ ਉੱਤੇ ਘਣ ਦੀਆਂ ਸੱਟਾਂ ਥੰਦਿਆਂ ਸੁੱਚੇ ਲਹਾਰ ਨੇ ਐਵੇਂ ਜਰਾ ਸਾਹ ਲੈਣ ਦੇ ਬਹਾਨੇ ਪੁੱਛਿਆ ਸੁਣਾ ਕਿੱਧਰ ਆਇਆ ਵੈਲੀਆ ਅੱਜ ਤਾਂ ਬੜੇ ਦੰਦ ਨਿਕਲਦੇ ਨੇ ਕੋਈ ਖੁਸ਼ਖਬਰੀ ਮਿਲ ਗਈ ਓਏ ਆਪਾਂ ਤਾਂ ਸਦਾ ਖੁਸ਼ ਰਹਿਨੇ ਆ ਮਿਸਤਰੀ ਸਦਾ ਖੁਸ਼ ਤੇਰੇ ਮੰਗਣ ਧੰਦ ਨਹੀਂ ਪਟਦੇ ਸਾਰਾ ਦਿਨ ਭਖਦੇ ਸੂਹੇ ਲੋਹੇ ਉੱਤੇ ਹਲਕੀ ਜਹੀ ਛਾਈ ਦੇਣ ਲੱਗੀ ਨਾ ਮੱਖਾਂ ਗੱਲ ਐ ਕੋਈ ਸੁੱਚੇ ਨੇ ਤਾਉ ਜਾਂਦਾ ਦੇਖ ਹਾਸੀ ਨੂੰ ਛੱਡ ਦਿਆਂ ਮਤਲਬ ਦੀ ਗੱਲ ਪੁੱਛੀ ਤੂੰ ਕੰਮ ਕਰ ਹਾਲੇ ਫੇਰ ਕਰਨ ਵਾਲੀ ਆ ਗੱਲ ਵਿਹਲੇ ਸਮੇਂ ਆਹੋ ਤੇ ਤਲਕੂ ਸੰਤ ਜਿਹੀ ਸੁੱਟਦਾ ਉੱਥੋਂ ਤੁਰ ਗਿਆ ਤਲਕੂ ਬਾਰਗੇ ਨਹੀਂ ਸੁੱਚੇ ਲੋਹਾਰ ਨੂੰ ਭਾਵੇਂ ਤਕੜਾਈ ਨਾਲ ਆਖਿਆ ਸੀ ਕਿ ਗੱਲ ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਪਰ ਸੁੱਚੇ ਲੋਹਾਰ ਲਈ RAM ਸਿੰਘ ਫੌਜੀ ਤਾਂ ਉਪਰਾ ਨਹੀਂ ਸੀ ਬਚਪਨ ਦੀ ਆੜੀ ਇੱਕ ਦੂਜੇ ਦੇ ਭੇਤੀ ਖਾਣ ਪੀਣ ਦੇ ਸਾਂਝੀ ਅਜਿਹੇ ਮਿੱਤਰ ਨੂੰ ਦੱਸ ਦੇਣ ਨਾਲ ਕੀ ਫਰਕ ਪੈ ਚੱਲਿਆ ਜੇਹੀ ਗੱਲ ਉਹਦੇ ਕੋਲ ਤੇਹੀ ਆਪਣੇ ਕੋਲ ਤੇ ਸੁੱਚੇ ਲੋਹਾਰ ਨੇ ਇੰਨਾ ਕਹਿੰਦਿਆ ਕਿ ਦੇਖੀ ਤੇਰੇ ਕੋਲ ਰਹੇ ਹਰਾਮ ਸਿੰਘ ਫੌਜੀ ਦੇ ਕੰਨ 'ਚ ਫੂਕ ਮਾਰ ਹੀ ਦਿੱਤੀ। ਹਰਾਮ ਸਿੰਘ ਫੌਜੀ ਨੂੰ ਜਾਣੋ ਮੱਸੀ ਦੇ ਲੱਗਿਆ। ਭਾਵੇਂ ਉਹ ਸੁਭਾਅ ਦਾ ਡੂੰਗਾ ਤੇ ਗੰਭੀਰ ਸੀ। ਪਰ ਇਹ ਮਨੁੱਖ ਦਾ ਮਨ ਹੈ। ਇੱਕ ਪਹਾੜ ਦਾ ਭਾਰ ਭਾਵੇਂ ਸੌਖੀ ਤਰ੍ਹਾਂ ਝੱਲ ਲੇ। ਪਰ ਇੱਕ ਗੱਲ ਦਾ ਭਾਰ ਝੱਲਣਾ ਇਹਦੇ ਲਈ ਕਈ ਵਾਰ ਔਖਾ ਹੋ ਜਾਂਦਾ ਹੈ। ਰਾਤ ਨਹੀਂ ਸੌਣ ਲੱਗਿਆ ਆਰਾਮ ਸਿੰਘ ਫੌਜੀ ਨੇ ਆਪਣੀ ਬੋਟੀ ਹਰਪਾ ਜ ਨੂੰ ਕੋਲ ਇੰਨੀ ਗੱਲ ਕਾਰੀ ਦਿੱਤੀ ਕਿ ਉਹਨੇ ਉੜਦੀ ਉੜਦੀ ਕੁਝ ਇਹੋ ਜਿਹੀ ਸੋ ਸੁਣੀ ਤੇ ਨਾਲ ਹੀ ਤਕੀਦ ਕਰ ਦਿੱਤੀ ਕਿ ਅੱਗੇ ਕਿਸੇ ਨੂੰ ਵੀ ਕੰਨ ਬਲੇਲ ਨਹੀਂ ਪਹਿਣੀ ਚਾਹੀਦੀ ਬੋਟੀ ਕੋਲ ਤਾਂ ਇਹੋ ਜਿਹੀ ਗੱਲ ਕਰਨ ਦਾ ਕੋਈ ਹਰਜ ਨਹੀਂ ਸੀ ਬੋਟੀ ਤੇ ਗੱਭਰੂ ਵੀ ਜੇ ਆਪੋ ਵਿੱਚ ਹੀ ਇਸ ਤਰ੍ਹਾਂ ਦੀ ਗੱਲ ਨਾ ਕਰ ਸਕਣ ਤਾਂ ਹੋਰ ਕੌਣ ਕਰੇ ਵੋਟੀ ਤੇ ਗੱਭਰੂ ਨਾਲੋਂ ਵੱਧ ਕੇ ਹੋਰ ਕੌਣ ਇੱਕ ਦੂਜੇ ਦਾ ਮਹਿਰਮ ਹੋ ਸਕਦਾ ਸੁਣ ਕੇ ਥੋੜਾ ਵਿਅੰਗ ਨਾਲ ਮੁਸਕਰਾਉਂਦਿਆਂ ਹਰਭਜਨੂ ਬੋਲੀ ਦੇਖ ਲੈ ਸਰਦਾਰ ਜੀ ਤੇਰੇ ਪਿੰਡ ਦੀਆਂ ਕੁੜੀਆਂ ਤੇ ਜੇ ਕਿਸੇ ਨੂੰ ਕੋਲੋਂ ਮਾੜੀ ਜਿੰਨੀ ਖਨਾਮੀ ਹੋ ਜਾਵੇ ਤਾਂ ਉਹਦੇ ਪੇਕਿਆਂ ਤੱਕ ਜਾ ਕੇ ਖੱਖਾਂ ਪੁੱਟਾਉਂ ਸਾਰੇ ਪਰ ਫੌਜੀ ਨੇ ਇੱਕ ਨਿੱਕੀ ਜਿਹੀ ਉਡੀ ਪਾ ਕੇ ਮਿੱਠਾ ਜਿਹਾ ਘੂਰਿਆ ਦੇਖ ਭਜਨੋ ਮੈਥੋਂ ਬੁਰਾ ਕੋਈ ਨਹੀਂ ਜੇ ਅੱਗੇ ਗੱਲ ਗਈ ਹੈ ਸਾਨੂੰ ਕੀ ਜੀ ਬੋਠੀ ਨੂੰ ਹੋਰਾ ਕੀਤਾ ਕੋਈ ਅੱਗ ਖਾਵੇ ਅੰਗਾਰ ਬਸ ਮੈਂ ਤੈਨੂੰ ਕਹਿ ਦਿੱਤਾ ਖਬਰਦਾਰ ਫੌਜੀ ਥੋੜਾ ਜਿਆ ਹੋਰ ਤਣ ਗਿਆ ਨਾ ਵੀਰ ਦੀ ਸੌ ਮੈਂ ਤਾਂ ਹੱਸਦੀ ਆ ਮੈਨੂੰ ਕੀ ਲੋੜ ਭਜਨੋਂ ਨੇ ਸੱਚੋਂ ਹੀ ਆਖ ਦਿੱਤਾ ਪਰ ਸਾਰੀ ਰਾਤ ਭਜਨੋਂ ਦੇ ਦਿਲ ਵਿੱਚ ਕਲੂਣ ਜਿਹੀ ਲੱਗੀ ਰਹੀ ਇਹੋ ਜਹੀ ਗੱਲ ਕਰਨ ਵਿੱਚ ਇੱਕ ਤਰ੍ਹਾਂ ਦਾ ਆਨੰਦ ਵੀ ਤਾਂ ਮਿਲਦਾ ਹੈ ਦੂਜੇ ਦਿਨ ਪੱਠੇ ਲੈਣ ਚੱਲੇ ਜਬਾਰੇ ਵਾਲਿਆਂ ਦੇ ਬੰਤੂ ਨੂੰ ਗਦਾਵਾ ਕਰਦੀ ਭਜਨੋਂ ਨਹੀਂ ਬਾਜ ਮਾਰ ਕੇ ਵੀ ਇਹਦੇ ਚ ਸੱਦ ਲਿਆ ਖੁੱਲੇ ਸੁਭਾਅ ਦੀ ਹੋਣ ਕਾਰਨ ਦਿਉਰਾਂ ਜੇਠਾਂ ਨਾਲ ਇਹੋ ਜੀਆਂ ਗੱਲਾਂ ਉਹ ਖੁੱਲੀਆਂ ਕਰ ਲੈਂਦੀ ਸੀ ਪਤਲੇ ਪਤਲੇ ਬੁੱਲਾਂ 'ਚੋਂ ਮੁਸਕਰਾਂਦੀ ਭਜਨੋਂ ਅੱਖਾਂ ਵਿੱਚ ਇੱਲਤ ਭਰ ਕੇ ਟੱਕਣ ਲੱਗੀ ਹਾਂ ਕੀ ਕਹਿੰਨੀ ਆ ਭਾਬੀ ਅੰਦਰ ਵੱੜਦਿਆਂ ਮਨ ਵਿੱਚ ਗੁਦਗਦਾਂਦਾ ਬੰਤੂ ਬੋਲਿਆ ਉਹਨੂੰ ਜੱਪਿਆ ਜਿਵੇਂ ਅੱਜ ਤਾਂ ਭਾਬੀ ਦਿਆਲ ਹੋਈ ਪਈ ਐ ਖੁਰਲੀ ਕੋਲ ਉਹ ਕਿੱਲੇ ਉੱਤੇ ਪੈਰ ਧਰਦਾ ਭਜਨੋਂ ਉੱਤੇ ਨੂੰ ਥੋੜਾ ਉੱਲਰ ਕੇ ਖਲੋ ਗਿਆ ਬੇਬੱਕਰਿਆ ਥੋੜਾ ਪਰਾਂ ਹੋ ਕੇ ਖਲੋ ਹੁਣੇ ਭਾਵੇਂ ਤੇਰਾ ਭਾਈ ਆ ਜਾਵੇ ਉਤੋਂ ਝੂਠਮੂਠ ਦੇ ਗੁੱਸੇ ਨਾਲ ਭਜਨੋਂ ਬੋਲੀ ਪਰ ਬੰਤੂ ਨੇ ਇਸ ਗੱਲ ਨੂੰ ਗੋਲਿਆ ਹੀ ਨਾ ਤੇ ਸਗੋਂ ਪੋਲਾ ਜਿਹਾ ਹੱਥ ਭਜਨੋਂ ਦੇ ਮੋਢੇ ਉੱਤੇ ਰੱਖ ਦਿੱਤਾ ਭਜਨੋਂ ਪਾਰੇ ਵਾਂਗ ਥਰਕੁੱਠੀ ਚੱਲ ਵੇ ਜਾਣਦਾ ਰਿਹਾ ਜੇ ਅੱਗੇ ਵਧਿਆ ਮੇਰੇ ਕੋਲ ਵੀ ਨਾ ਸੰਨੀ ਦਾ ਲਿਬੜਿਆ ਹੱਥ ਹੈ ਇੰਨਾਂ ਗੱਲਾਂ ਖਾਤਰ ਤਾਂ ਨਹੀਂ ਸੱਦਿਆ ਮੈਂ ਤੈਨੂੰ ਇੱਥੇ ਬੰਤੂ ਕੰਬ ਕੇ ਥੋੜਾ ਪਿੱਛੇ हट ਗਿਆ ਤੇ ਸਿਰੋਂ ਪੈਰਾਂ ਤੱਕ ਕੱਚਾ ਜਿਹਾ ਹੋਇਆ ਕੰਨ ਉੱਤੇ ਖਾਜ ਜੀ ਕਰਨ ਲੱਗਿਆ ਘਰਤੀ ਉਹਦੇ ਪੈਰਾਂ ਹੇਠ ਤੇਜ਼-ਤੇਜ਼ ਘੁੰਮ ਰਹੀ ਸੀ ਭਜਨੋਂ ਨੂੰ ਦੀ ਹਾਲਤ ਉੱਤੇ ਤਸ ਆ ਗਿਆ ਮੈਂ ਤਾਂ ਸੋਚਿਆ ਲ ਬੰਤੇ ਨੂੰ ਇੱਕ ਗੱਲ ਹੀ ਦੱਸੂੰਗੀ ਧਰਤੀ ਹੌਲੀ-ਹੌਲੀ ਹੁੰਦੀ ਬੰਤੂ ਦੇ ਪੈਰਾਂ ਵਿੱਚ ਅਡੋਲ ਟਿਕ ਕੇ ਖੜੂ ਗਈ ਭਾਬੀ ਪੂਰੀ ਤਰ੍ਹਾਂ ਗੁੱਸੇ ਨਹੀਂ ਸੀ ਹੋਈ ਤੂੰ ਭਾਬੀ ਗੱਲ ਦੱਸ ਹੁਣ ਤਾਂ ਮਾਫੀ ਦੇ ਅੱਗੇ ਨੂੰ ਨਹੀਂ ਕਰਦਾ ਇੱਕਾ ਜਾਵੇ ਜਾ ਲੁੱਚਿਆ ਹੁਣ ਨਹੀਂ ਬੋਲਣਾ ਮੈਂ ਤੇਰੇ ਨਾਲ ਬਈ ਮਿੰਤ ਨਾਲ ਭਾਬੀ ਲੈ ਹੱਥ ਬੰਨ ਦੇਣਾ ਨਾ ਹੁਣ ਨਹੀਂ ਦੱਸਣੀ ਤੈਨੂੰ ਨਾ ਭਾਬੀ ਹੜੇ ਹੜੇ ਤੇਰਾ ਕੀ ਆਵੇ ਖੋਚੇ ਦਾ ਭਾਵੇਂ ਸਾਰੇ ਪਿੰਡ ਚ ਖੰਡਾਉਂਦਾ ਫਿਰੀ ਬੰਤੂ ਦੇ ਦਿਲ ਵਿੱਚ ਅੱਚ ਵੀਜੀ ਲੱਗ ਗਈ ਬਈ ਭਾਬੀ ਹੁਣ ਮੈਂ ਤੈਨੂੰ ਕਿਵੇਂ ਯਕੀਨ ਦਵਾਵਾਂ ਫਜਨੋ ਝੂਠੇ ਜਿਹੇ ਨਹਾਰੇ ਨੂੰ ਬੋਤਾ ਚਰਨਾ ਰੱਖ ਸਕੀ ਮਸਤ ਹੋ ਕੇ ਸਿਰ ਹਲਾਉਂਦੀ ਬੋਲੀ ਪਹਿਲਾਂ ਸੌਂ ਖਾਵੇ ਮੇਰੀ ਕਿਸੇ ਕੋਲ ਗਾਂ ਤਾਂ ਨਹੀਂ ਕਰੇਗਾ ਉਹਦੇ ਕੰਨ ਦੀਆਂ ਵਾਲੀਆਂ ਨਿੱਕਾ ਨਿੱਕਾ ਹਿੱਲਣ ਲੱਗੀਆਂ ਉਤਸੁਕਤਾ ਨਾਲ ਬੰਤੂ ਦਾ ਦਿਲ ਧਕ ਧਕ ਕਰਨ ਲੱਗਾ ਬਈ ਭਾਬੀ ਤੇਰੀ ਉਹ ਸੌਂ ਮੈਂ ਐਡਾ ਹੀ ਮਰ ਜਾ ਜੇ ਕਿਸੇ ਕੋਲ ਸਾਹ ਵੀ ਕੱਢਾਂ ਹਾਏ ਹਾਏ ਵੇ ਚੰਦਰਿਆ ਦਫੇ ਹੋਣਾ ਕਿਹੋ ਜੀਆਂ ਸੌਂ ਖਾਂਦਾ प्यार ਦੀ ਝਲਕ ਨਾਲ ਭਜਨੋ ਬੋਲੀ ਤੇ ਫੇਰ ਮੁਸਕਣੀਆਂ ਵਿੱਚ ਮਹਿਕਦੀ ਤੇ ਬੁੱਲ ਮਰੋੜਦੀ ਭਾਬੀ ਨੇ ਸੁਣੀ ਸੁਣਾਈ ਗੱਲ ਦਿਓਰ ਦੇ ਕੰਨ ਵਿੱਚ ਝੋ ਦਿੱਤੀ ਘਰ ਨੀਰੇ ਦੀ ਰੋਟੀ ਸੁੱਟ ਕੇ ਚੌਲਾ ਚੌਲਾ ਤੁਰਦਾ ਬੰਤੂ ਚਾਚੀ ਕਰਪਾਲੋ ਦੇ ਘਰ ਪੁੱਜਿਆ ਚਾਚੀ ਕਰਪਾਲੋ ਐਵੇਂ ਇੱਕ ਥੰਮ ਵੱਡਾ ਹੋਣ ਕਰਕੇ ਸਾਰਿਆਂ ਦੀ ਚਾਚੀ ਲੱਗਦੀ ਸੀ ਪਰ ਚਾਚੀ ਚਾਚੀ ਬਣ ਕੇ ਉਹ ਕਿਸੇ ਦੀ ਨਹੀਂ ਸੀ ਰਹਿੰਦੀ ਉਹਦਾ ਜੀ ਕਰਦਾ ਪਰ ਉਹਦੀ ਬਾਹ ਨਹੀਂ ਸੀ ਚੱਲਦੀ ਇਸ ਲਈ ਉਹ ਸਾਰੇ ਮੁੰਡਿਆਂ ਖੁੰਡਿਆਂ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਨਚੱਕ ਕਰਦੀ ਤੇ ਹੱਸ ਹੱਸ ਲੈਂਦੀ ਸੀ। ਪੱਚੀਆਂ ਵਰਿਆਂ ਦੀ ਬੁਲਬੁਲ ਵਰਗੀ ਜੱਟੀ ਪੰਜਾਹਾਂ ਵਰਿਆਂ ਦੇ ਢੋਡਰ ਕਾਂ ਨਾਲ ਪਿੰਜਰੇ ਵਿੱਚ ਬੰਦ ਕੀਤੀ ਪਈ ਸੀ। ਚਾਚਾ ਬਰਿਆਮਾ ਬੁੱਢਾ ਹੋਣ ਤੋਂ ਪਹਿਲਾਂ ਸਿਰੇ ਦਾ ਅਫੀਮੀ ਪੋਸਤੀ ਵੀ ਸੀ। ਹੋਰ ਤਾਂ ਹੋਰ ਅਫੀਮ ਦੀ ਪੀਣਕ ਵਿੱਚੋਂ ਜਾਗਦਾ ਸੌ ਘੋਰੀਆਂ ਦਾ ਘੋਰੀ ਚਾਚਾ ਜਦ ਨੱਕ ਵਿੱਚੋਂ ਬੋਲ ਕੇ ਆਪਣੀ ਕਿਰਪਾਲ ਨੂੰ ਆਵਾਜ਼ ਮਾਰਦਾ ਤਾਂ ਚਾਚੀ ਵਿਚਾਰੀ ਨੂੰ ਧੁੱਟੜੀ ਆ ਜਾਂਦੀ। ਜ਼ਿੰਦਗੀ ਦੇ ਜ਼ਹਿਰ ਨਾਲ ਦਿਲੋਂ ਭਾਵੇਂ ਚਾਚੀ ਫੁੱਕ ਕੇ ਰਹਿ ਗਈ ਸੀ ਪਰ ਫੁੱਕੇ ਦਿਨ ਨਾਲ ਵੀ ਤਾਂ ਕਈ ਵਾਰ ਜਿਉਣਾ ਹੀ ਪੈਂਦਾ ਹੈ। ਸਾਹਮਣੇ ਫਾਟਕ ਦੀ ਬੂਲ ਚੀਕੀ ਤਾਂ ਵਿੜੇ ਵਿੱਚ ਕੱਲੀ ਕਪਾਹ ਬੇਲ ਦੀ ਚਾਚੀ ਨੇ ਵੇਖਿਆ। ਕਿਸ਼ਨੇ ਬਲਿਆਣੇ ਦਾ ਬੰਤੂ ਕਾਲੀ ਗਾਨੀ ਦੀ ਤਵੀਤੀ ਉੱਤੇ ਨਿਮਾ-ਨਿਮਾ ਮੁਸਕਰਾਉਂਦਾ ਆ ਰਿਹਾ ਹੈ। ਆਵੇ ਬੰਤਿਆ ਤੂੰ ਤਾਂ ਇੱਦਾਂ ਹੀ ਚੰਦ ਬਣ ਗਿਆ ਦੋਜਕੀਆ। ਅੱਖ ਜਪਉਣ ਨੂੰ ਨਹੀਂ ਮਰਦਾ ਕਿਤੇ ਅੱਜ ਤਾਂ ਡੁੱਲ ਡੁੱਲ ਜਾਣਾ ਵੇ ਕੁਛ ਲੱਭ ਗਿਆ ਕਿਤੋਂ ਬਈ ਚਾਚੀ ਗੱਲ ਲੈ ਪਰ ਗਾਂ ਕਰਨ ਵਾਲੀ ਨਹੀਂ ਝੱਟ ਵੇਲਣਾ ਥੰਮ ਕੇ ਚਾਚੀ ਬੋਲੀ ਅੱਗੇ ਤੇਰੀਆਂ ਕਿਹੜੀਆਂ ਕੀਤੀਆਂ ਵੇਗਾ ਤੇ ਫੇਰ ਉਹ ਅਸਲ ਨਾਲੋਂ ਹੌਲੀ ਆਵਾਜ਼ ਬੋਲੀ ਬੜੀਆਂ ਬੜੀਆਂ ਗੱਲਾਂ ਪਚਾਈਆਂ ਅਸੀਂ ਸੋਹਣਿਆ ਮੇਰੇ ਵਰਗਾ ਹਾਜਮਾ ਕਿਦਾ ਹੋਣਾ ਬਰੂਧ ਮੰਗਣ ਭਰੀ ਪਈ ਐ ਹਿੱਕ ਮੇਰੀ ਕਹਿੰਦਿਆਂ ਠੰਡਾ ਜਿਹਾ ਸਾਹ ਭਰ ਕੇ ਚਾਚੀ ਚੁੱਪ ਹੋ ਗਈ। ਇੱਕ ਪਲ ਰੁੱਕ ਕੇ ਬੰਤਾ ਬੋਲਿਆ ਸੱਚ ਚਾਚਾ ਕਿੱਥੇ ਐ? ਹੁਣੇ ਗਿਆ ਬਾਹਰ ਨੂੰ ਡੋਡੇ ਪੀ ਕੇ। ਬਈ ਚਾਚੀ। ਬਈ ਹੋਰ ਤਾਂ ਕੁਛ ਨਹੀਂ। ਬਈ ਗੱਲ ਕਰੀ ਨਾ ਦੂਰ ਤੱਕ ਚਲੀ ਜਾਂਦੀ ਐ। ਲੈ ਤੂੰ ਨਾ ਦੱਸ ਦੇ ਰੱਖ ਆਪਦੇ ਕੋਲ। ਤੇ ਹੱਥ ਨਾਲ ਕਾਲੀ ਕਾਲੀ ਚਾਚੀ ਦਾ ਬੇਲਣਾ ਚੀਕੂ ਚੀਕੂ ਕਰਨ ਲੱਗਾ। ਨਹੀਂ ਚਾਚੀ ਬੰਤੂ ਨੇ ਚਾਚੀ ਦਾ ਹੱਥ ਰੋਕਦਿਆਂ ਕਿਹਾ ਮੈਂ ਤਾਂ ਇਹੀ ਕਹਿਣਾ ਵੀ ਜਿੰਨਾ ਕਿਸੇ ਦਾ ਪਰਦਾ ਬਣਿਆ ਰਹੇ ਉਨਾ ਚੰਗਾ ਦੇਖ ਚਾਚੀ ਨੇ ਗਰਦਨ ਉੱਤੇ ਉਂਗਲ ਫੇਰਦਿਆਂ ਆਖਿਆ ਆ ਸਿਰ ਭਾਵੇਂ ਚਲਿਆ ਜਾਵੇ ਪਰ ਸਿਹਦ ਨਾ ਜਾਵੇ ਅਸੀਂ ਤਾਂ ਬਸ ਇਹ ਜਾਣਦੇ ਆ ਸਾਡੇ ਸਿਰ ਤੇ ਮੱਲਾ ਭਾਵੇਂ ਖੂਪਟ ਮਜਾਲ ਐ ਦੂਜੇ ਕੰਨ ਖਬਰ ਵੀ ਹੋਵੇ ਚਾਚੀ ਨੇ ਦਿਲਾਂ ਦੀ ਮਹਿਰਮ ਬਣ ਕੇ ਆਖਿਆ ਕਾਸ਼ਨੀ ਦੁਪੱਟੇ ਹੀਟ ਉਹਦੀਆਂ ਅੱਖਾਂ ਦੇ ਸ਼ਰਬਤੀ ਡੋਰੇ ਹੋਰ ਗੂੜੇ ਹੋ ਗੀ ਤੇ ਬਦਾਮੀ ਠੋਡੀ ਉੱਤੇ ਖੁਣਿਆ ਗੂੜਾ ਨੀਲਾ ਤਿਲ ਹੋਰ ਪਿਆਰਾ ਦਿਸਣ ਲੱਗਾ ਨਹੀਂ ਚਾਚੀ ਜੋ ਤੂੰ ਸਮਝੀ ਆ ਉਹ ਗੱਲ ਨਹੀਂ ਤਾਂ ਫਿਰ ਕਿਹੜੀ ਆਵੇ ਦੱਸਦਾ ਕਿਉਂ ਨਹੀਂ ਗੱਡ ਹੋਣਾ ਚਿਕਲੀ ਦਾ ਹੀ ਬੈਠਾ ਮੂੰਹ ਨੂੰ ਲੈ ਖੋਲ ਦਿਨਾ ਚਿਕਲੀ ਤੇ ਫਿਰ ਜਿਹੜੀ ਵੀ ਗੱਲ ਸੀ ਬੰਤੂ ਨੇ ਥੋੜਾ ਥੋੜਾ ਹੱਸਦਿਆਂ ਤੇ ਰਸ ਲੈਂਦਿਆਂ ਸਾਰੀ ਦੀ ਸਾਰੀ ਚਾਚੀ ਨੂੰ ਦੱਸ ਦਿੱਤੀ ਚਾਚੀ ਪਾ ਮੇ ਸਾਰੀ ਗੱਲ ਵਿੱਚ ਮਿੱਠਾ ਮਿੱਠਾ ਹੰਗਾਰਾ ਭਰਦੀ ਰਹੀ ਪਰ ਜਦ ਬੰਤੂ ਜਾਣ ਲੱਗਿਆ ਤਾਂ ਈਰਖਾ ਦੇ ਅਚੇਤ ਭਾਵ ਨਾਲ ਥੋੜਾ ਚੱਬ ਕੇ ਕਹਿਣ ਲੱਗੀ ਦੇਖ ਲੈ بڑے ਘਰ ਦੀਆਂ ਗੱਲਾਂ ਬਾਪ ਜੈਲ ਦਾ ਰਖਾਉਂਦਾ ਧੀ ਆ ਚੱਜ ਕਰਦੀ ਐ ਬੱਸ ਬੱਸ ਦੇਖ ਚਾਚੀ ਗੱਲ ਇੱਥੇ ਹੀ ਰੱਖੀ ਗਾ ਨਹੀਂ ਬੋਲਣਾ ਆਪਾਂ ਬੂਹੇ ਉੱਤੇ ਮੁੜ ਕੇ ਤੱਕਦਿਆਂ ਬੰਤੂ ਨੇ ਉਂਗਲ ਮਾਰੀ ਨਾ ਐਂ ਤਾਂ ਬੇਚਿੰਤ ਰੋ ਅਨੀ ਮੈਂ ਕੱਚੀ ਚਾਚੀ ਨੇ ਹਾਮੀ ਉੱਤੇ ਬੰਤੂ ਚਲਿਆ ਗਿਆ ਪਰ ਚਾਚੀ ਦੇ ਦਿਲ ਵਿੱਚ ਤੁਖ-ਤੁਖ ਹੀ ਲੱਗ ਗਈ ਕਿੰਨੀ ਵਾਰ ਉਹ ਖਿਆਲ ਵਿੱਚ ਆਪਣੇ ਆਪ ਨਾਲ ਮੁਸਕਰਾਈ ਚਾਚੀ ਦਾ ਘਰ ਕੀ ਸੀ ਕਬੂਤਰਖਾਨਾ ਸੀ ਚਾਚਾ ਤਾਂ ਡੋਡਿਆਂ ਦੀ ਚਾਹ ਨਾਲ ਅਫੀਮ ਦਾ ਮਾਵਾ ਚਾੜ ਕੇ ਬਾਹਰ ਚੌਂਤਰੇ ਉੱਤੇ ਜਾ ਕੇ ਉੰਗਣ ਲੱਗ ਜਾਂਦਾ ਤੇ ਪਿੱਛੇ ਕੋਈ ਨਾ ਕੋਈ ਕਬੂਤਰ ਉੱਡ ਕੇ ਚਾਚੀ ਕੋਲ ਵਿਹੜੇ ਵਿੱਚ ਆ ਜਾਂਦਾ ਦੋ ਪਲ ਗੁਟਕਦਾ ਦਿਲ ਦੀਆਂ ਗੱਲਾਂ ਕਰਦਾ ਤੇ ਫੇਰ ਹੌਲਾ ਫੁੱਲ ਹੋ ਕੇ ਉਡਾਰੀ ਮਾਰ ਜਾਂਦਾ ਪਤਾ ਨਹੀਂ ਚਾਚੀ ਵਿੱਚ ਕਿਹੜੀ ਖਿੱਚ ਸੀ ਕਿ ਦਮੜੀ ਦਾ ਸੱਕ ਮਲ ਕੇ ਪਿੰਡ ਦੇ ਸਾਰੇ ਤਵੀਤਿਆਂ ਵਾਲੇ ਉਸਨੇ ਮੋਹ ਲਏ ਸਨ ਦੀਵੇ ਦੀ ਲਾਟ ਉੱਤੇ ਜਿਵੇਂ ਭੰਬਟ ਡਗ ਡਗ ਪੈਂਦਾ ਸਾਰੇ ਗਬਰੀਟ ਮਰ ਜਾਂਦੇ ਜਦੋਂ ਬੋਲਦੀ ਜਾਨ ਕੱਢ ਲੈਂਦੀ ਚਾਚੀ ਨੇ ਲੱਖ ਯਤਨ ਕੀਤਾ ਕਿ ਗੱਲ ਨੂੰ ਢਡੋਂ ਬਾਹਰ ਨਾ ਕੱਢੇ ਪਰ ਉਸ ਨੂੰ ਜਾਪਦਾ ਜਿਵੇਂ ਪੋਟਲੀ ਚ ਬੰਨੀ ਹੋਈ ਵਾਸ਼ਨਾ ਗੁੱਠਾਂ ਕੋਨਿਆਂ ਵਿੱਚੋਂ ਆਪੇ ਬਾਹਰ ਨਿਕਲ ਜਾਂਦੀ ਹੈ ਇਸ਼ਕ ਹੁਸਨ ਦੇ ਭੇਦ ਇੱਕ ਮਿੱਠੀ ਜਿਹੀ ਵਾਸ਼ਨਾ ਹੀ ਤਾਂ ਹੁੰਦੇ ਨੇ ਤੇ ਵਾਸ਼ਨਾ ਚਾਚੀ ਕੋਲੋਂ ਖਿਲਰ ਹੀ ਗਈ ਤੇ ਖਿਲਰੀ ਵੀ ਏਕਣ ਜਿਵੇਂ ਦੀਵੇ ਨਾਲ ਦੀਵਾ ਲੱਗਦਾ ਹੋਵੇ ਅੰਦਰੇ ਅੰਦਰ ਪਿੰਡ ਦੇ ਹਰ ਤਰ੍ਹਾਂ ਦੇ ਲੋਕਾਂ ਵਿੱਚ ਖਿਚੜੀ ਪੱਕਣ ਲੱਗੀ ਗਬਰੀਟ ਕੰਨਾਂ ਵੱਲੋਂ ਡੋਲਦੇ ਹਾਸਿਆਂ ਨੂੰ ਰੋਕ ਰੋਕ ਇੱਕ ਦੂਜੇ ਨੂੰ ਮਿਲਦੇ ਆ ਰਮਝਾਂ ਸੁੱਟਦੇ ਨਵੇਂ ਚੰਨ ਦੀ RAM ਬਈ ਤੇ ਫੇਰ ਨਿੱਕੀ ਜਹੀ ਘੁਸਰਮੁਸਰ ਕਰਕੇ ਸਿਰ ਮਾਰਦੇ ਤੁਰ ਜਾਂਦੀ ਪੱਕੇ ਹੋਏ ਬੀਂਬੜ ਕਹਿੰਦੇ ਓਏ ਆਪਾਂ ਨੇ ਰੌਲਾ ਕਾਹਨੂੰ ਪਾਉਣਾ ਹੋ ਸਕਦਾ ਸਾਨੂੰ ਵੀ ਕੁਝ ਲੱਭ ਜੇ ਬੁੱਢੇ ਠੇਰੇ ਇੱਕ ਦੂਜੇ ਤੋਂ ਸੁਣ ਕੇ ਹੌਂਕਾ ਭਰਦੇ ਕਾਲ ਯੋਗ ਆ ਗਿਆ ਕਾਲ ਯੁਗ ਅਸੀਂ 20-20 ਸਾਲ ਦੇ ਕੁੜੀਆਂ ਮੁੰਡੇ ਨੰਗੇ ਹੀ ਖੇਡਦੇ ਰਹਿੰਦੇ ਸੀ ਰਲ ਕੇ ਕੋਈ ਜਾਣਦਾ ਵੀ ਨਹੀਂ ਸੀ ਹੁੰਦਾ ਇੰਨਾ ਗੱਲਾਂ ਨੂੰ ਤੇ ਬੁੱਢੀਆਂ ਮਾਈਆਂ ਸਿਰ ਜੋੜ-ਜੋੜ ਬੁਰਾ ਜਿਹਾ ਮੂੰਹ ਬਣਾ ਕੇ ਹੱਥ ਫਟਕਾਰਦੀਆਂ ਘੁਰ-ਘੁਰ ਕਰਦੀਆਂ ਨਾ ਭਾਈ ਖੇਡਣ ਦਾ ਲਾੜ ਪੈ ਇਨਾਂ ਦਾ ਲਾੜ ਇਹੋ ਜਿਹੀ ਧੀ ਦਾ ਤਾਂ ਜੰਮਦੀ ਦਾ ਹੀ ਗਲ ਘੁੱਟਦੇ ਐ ਨਤੀਜੇ ਨੇ ਦੋ ਦੋ ਗੁੱਤਾਂ ਦੀ ਹੋਰ ਪੜਾਉਣ ਦਸਮੀਆਂ ਅਜੇ ਤਾਂ ਬੱਈਆ ਪਾਸ ਕਰਾਉਣਾ ਹੈ ਭਾਵੇਂ ਇਹ ਗੱਲਾਂ ਕਰਦੇ ਆ ਲੋਕੀ ਆਪੋ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਬਣਾਉਂਦੇ ਸਨ ਪਰ ਇੱਕ ਗੱਲ ਉੱਤੇ ਆਪਣੇ ਆਪ ਹੀ ਉਹ ਸਾਰੇ ਇੱਕ ਸੰਨ ਦੇ ਪਿੰਡ ਵਿੱਚ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਹੈ ਇਸ ਲਈ ਹਰ ਕੋਈ ਗੱਲ ਨੂੰ ਸਿਰਫ ਆਪਣੇ ਕੋਲ ਹੀ ਰੱਖਣ ਲਈ ਹਰ ਕਿਸੇ ਨੂੰ ਜ਼ੋਰ ਦੇ ਕੇ ਆਪਣਾ ਆਪਣਾ ਫਰਜ਼ ਸਮਝਦਾ ਸੀ ਤਾਂ ਵੀ ਰੂ ਵਾਂਗ ਪੋਲੇ-ਪੋਲੇ ਪੈਰ ਧਰਦੀ ਇਹ ਗੱਲ ਕਿਸੇ ਤਰ੍ਹਾਂ ਨੰਦੀ ਸਮਰਾਲੋ ਤੱਕ ਜਾ ਪਹੁੰਚੀ ਨੰਦੀ ਸਮਰਾਲੋ ਜੈਲਦਾਰਾਂ ਦੀ ਸ਼ਰੀਕਣੀ ਸੀ ਜੋ ਪਹਿਲਾਂ ਕਿਸੇ ਹੋਰ ਥਾਂ ਵਿਆਹੀ ਸੀ ਪਰ ਕਿਸੇ ਗੱਲੋਂ ਛੁੱਟੜ ਹੋ ਕੇ 12 ਬਰੇ ਪੇਕਿਆਂ ਦੇ ਘਰ ਬੈਠਣ ਮੰਗਰੂ ਅਖੀਰ ਬੁੱਢੇ ਪੈਨਸ਼ਨੀਏ ਜੈਲਦਾਰ ਦੇ ਚਾਚੇ ਦੇ ਪੁੱਤ ਚੇਤ ਸਿੰਘ ਜਮਾਂਦਾਰਾਂ ਨਾਲ ਕਰੇਵਾ ਕਰਕੇ ਆ ਗਏ ਹੁਣ ਤਾਂ ਆਈ ਨੂੰ ਵੀ 20 ਬਰੇ ਹੋ ਚੁੱਕੇ ਨੇ ਪਰ ਅਜੇ ਵੀ ਸ਼੍ਰੀਕੇ ਵਾਲੇ ਜਮਾਂਦਾਰ ਦੇ ਘਰ ਨੰਦੀ ਦੇ ਆਉਣ ਨਾਲ ਨੰਦੀ ਨੂੰ ਆਪਣੇ ਵਰਗਾ ਉੱਚਾ ਹੋਇਆ ਸਮਝਣ ਦੀ ਥਾਂ ਉਹ ਜਮਾਂਦਾਰ ਨੂੰ ਹੀ ਨੰਦੀ ਵਰਗਾ ਨੀਮਾ ਹੋਇਆ ਗੈਂਦੇ ਸਨ ਖਬਰੇ ਕਿੱਥੋਂ ਕਿੱਥੋਂ ਉੱਦੜ ਕੇ ਆਈ ਐ ਕੀ ਜਾਤ ਐ ਕੋਈ ਸੇਰਿਆਂ ਦੀ ਬੰਨ ਤਾਂ ਨਹੀਂ 20 ਬਰਿਆਂ ਦੀ ਖੁਆਰੀ ਤੇ 20 ਬਰਿਆਂ ਦੀਆਂ ਚੋਬਾਂ ਨਾਲ ਨੰਦੀ ਦਾ ਦਿਲ ਅੰਬਿਆ ਪਿਆ ਸੀ ਜਦ ਕਦੇ-ਕਦੇ ਛੇੜ ਛੇੜ ਜਾਂਦਾ ਤੇ ਨੰਦੀ ਦਿਲ ਦਾ ਗਵਾਰ ਕੱਢਣ ਵਾਲੀ ਬਾਹਾਂ ਉਲਾਰ-ਉਲਾਰ ਚਣਗਾ ਛੇੜਨ ਵਾਲਿਆਂ ਦਾ ਅੱਗਾ ਪਿੱਛਾ ਪੁੰਨਦੀ ਤਾਂ ਸਾਰਾ ਸ਼ਰੀਕਾ थरथਰ ਕੰਬਣ ਲੱਗ ਜਾਂਦਾ ਭਾਵੇਂ ਸ਼ਰੀਕਣੀਆਂ ਨੇ ਭੰਡ-ਭੰਡੋ ਨੂੰ ਛੱਠੀ ਹੋਈ ਤੁਮਾ ਛੱਡਿਆ ਸੀ ਪਰ ਨੰਦੀ ਇੰਨੀ ਬੁਰੀ ਨਹੀਂ ਸੀ ਜਿੰਨੀਆਂ ਨੂੰ ਬਣਾਇਆ ਗਿਆ ਸੀ ਤੇ ਇਸ ਕੰਮ ਲਈ ਜਲਦਾਰਾਂ ਦਾ ਘਰ ਸਾਰੇ ਸ਼ਰੀਕੇ ਨਾਲ ਉਹ ਅੱਗੇ ਸੀ ਇੱਕ ਵਾਰ ਤਾਂ ਨੰਦੀ ਨੂੰ ਜੱਪਿਆ ਜਿਵੇਂ ਉਹਦੇ ਹੱਥ ਕੋਈ ਚੰਗਾ ਹਥਿਆਰ ਆ ਗਿਆ ਜਿਸ ਨਾਲ ਉਹ ਬੜੇ ਨੱਕ ਵਾਲਿਆਂ ਦਾ ਹੁਣ ਨੱਕ ਭੰਨ ਸੁਟੇਗੀ ਪਰ ਫੇਰ ਉਹਨੇ ਸੋਚਿਆ ਹੱਥ ਵਿੱਚ ਮਸੀ ਆਏ ਹਥਿਆਰ ਨੂੰ ਐਵੇਂ ਤਤ ਬੜਾ ਹੱਥ ਵਿੱਚ ਵਰਤ ਕੇ ਹੀ ਖੁੰਡਾ ਨਹੀਂ ਕਰ ਲੈਣਾ ਚਾਹੀਦਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਅਗਲੇ ਦਿਨ ਉਹ ਕੋਈ ਸੌਦਾ ਲੈਣ ਦੇ ਬਹਾਨੇ ਬਿਰਜੂ ਬ੍ਰਾਹਮਣ ਦੀ ਹੱਟੀ ਉੱਤੇ ਆਈ। ਬਿਰਜੂ ਬ੍ਰਾਹਮਣ ਜਮਾਂਦਾਰ ਚੇਤ ਸਿੰਘ ਦਾ ਹੀ ਨਹੀਂ ਨੰਦੀ ਸਮਰਾਲੋ ਦਾ ਵੀ ਮਲਾਜੇਦਾਰ ਸੀ। ਉਹ ਕਿੰਨਾ ਚਿਰ ਗੱਲਾਂ ਕਰ ਲੈਂਦੇ ਸੀ। ਬਿਰਜੂ ਬ੍ਰਾਹਮਣ ਜਿੱਥੇ ਮਹਾਵੀਰ ਨੂੰ ਪੂਜਦਾ ਅਤੇ ਗੀਤਾ ਗੈਤਰੀ ਦਾ ਪਾਠ ਕਰਦਾ ਸੀ ਉੱਥੇ ਬਾਰਿਸ਼ਾ ਦੀ ਹੀਰ ਤੇ ਆਸ਼ਕਾਂ ਦੇ ਹੋਰ ਕਿਸੇ ਵੀ ਬੜੀ ਲਟਕ ਨਾਲ ਗਾਉਂਦਾ ਸੀ। ਨੰਦੋ ਦੀ ਗੱਲ ਸੁਣੀ ਤਾਂ ਸੰਘਣੀਆ ਸਲੇਟੀ ਮੁੱਛਾਂ ਵਿੱਚੋਂ ਮੁਸਕਰਾ ਕੇ ਬੜੇ ਪ੍ਰੇਮ ਨਾਲ ਬੋਲਿਆ। ਦੇਖ ਨਾ ਤੁਰੇ ਕਚੀਰਾ ਨਾ ਕਰੀ ਤੇ ਫਿਰ ਸਭ ਦੀ ਸੰਜੀ ਦੁਨੀਆ ਹੀ ਮਲਾਜਪੁਰ ਦੀ ਐ ਕੀ ਹੋਇਆ ਜੇ ਐਵੇਂ ਕਿਤੇ ਨਿਆਣੀ ਹੱਸ ਕੇ ਬੋਲ ਪਈ ਇੱਕ ਵਾਰੀ ਤਾਂ ਦਾਦੀ ਦਾ ਚੁੰਡਾ ਖਲੂਣ ਕੇ ਛੱਡਣਾ ਨੰਦੋਂ ਅੰਗੂਠਾ ਦਿਖਾਉਂਦੀ ਮੁੱਕੀ ਨੂੰ ਹਵਾ ਵਿੱਚ ਹਲਾਉਂਦੀ ਬੋਲੀ ਬਣੀ ਫਿਰਦੀ ਆ ਰਕਾਨ ਦਾਨੀ ਦਵਾਰਕਾ ਲੋਕਾਨੀਆਂ ਗੱਲਾਂ ਬਣਾਉਂਦੀ ਐ ਜਣੀ ਖਣੀ ਨੂੰ ਬੁੱਲ ਕੱਢਦੀ ਐ ਨੱਕ 헤ਠ ਹੀ ਨਹੀਂ ਆਉਂਦਾ ਕੋਈ ਹੁਣ ਫਿਰ ਤਾਂ ਆਪਣੇ ਮੰਜੇ ਹੇਟ ਸੋਟੀ ਨੰਦੋ ਜੈਲਦਾਰ ਦੇ ਘਰ ਵਾਲੀ ਆਪਣੀ ਸ਼੍ਰੀਕਣੀ ਹਰਕੌਰ ਬੇਬੇ ਉੱਤੇ ਕੁਰੀ ਹੋਈ ਸੀ ਨਾ ਵੀ ਸਰਦਾਰ ਨਹੀਂ ਤਤ ਨਾ ਕਰ ਬੋਤਾ ਦੇਖ ਸਿਆਣੇ ਕੀ ਕਹਿੰਦੇ ਨੇ ਅਖੇ ਬਾਰੇ ਸ਼ਾ ਨਾ ਭੇਤ ਸੰਦੂਖ ਖੁੱਲੇ ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ ਬਸ ਇੰਨੀੋ ਅਰਜਾ ਸਾਡੀ ਗਿਰਜੂ ਬ੍ਰਾਹਮਣ ਵਿੱਚ ਵੱਸਦਾ ਆਸ਼ਕ ਮਨਤਦਾਰ ਹੋ ਕੇ ਬੋਲਿਆ ਤੇਰੀ ਤਾਂ ਨਿੱਤੀ ਨਾ ਕੋਈ ਨਾ ਕੋਈ ਅਰਚ ਰਹਿੰਦੀ ਐ ਕਿਹੜੀ ਕਿਹੜੀ ਮੰਨਾ ਹਨ ਤਾਂ ਨੰਨ ਨੂੰ ਮਨ ਲਾਇਨੰਦ ਕਰੀ ਕੁੜੀ ਦੀ ਬਦਨਾਮੀ ਹੋਜੇ ਇੱਕ ਵਾਰੀ ਹਰਕੁਰ ਨਾਲ ਦੋ ਗੱਲਾਂ ਜ਼ਰੂਰ ਕਰਨੀ ਆ ਉਹਦੇ ਨਾਲ ਜਿੱਕਣ ਮਰਜ਼ੀ ਆੜਨਕ ਪਰ ਗਾਂ ਆਵਾਜ਼ ਨਾ ਕੱਢੀ ਚੱਲ ਨਹੀਂ ਕੱਢਦੀ ਨੰਦੀ ਅੱਧੇਕ ਦਿਲ ਨਾਲ ਬੋਲੀ ਤੇ ਐਨਾ ਵੀ ਤੇਰੇ ਮੂਹ ਨੂੰ ਐ ਪਰ ਕਹਿੰਦੇ ਚਲੀ ਗਈ ਨੰਦੋ ਸਮਰਾਲੋ ਨੂੰ ਲੱਗ ਤਾ ਕਈ ਵਾਰ ਉੱਠੀ ਕਿ ਖਸਮਾਂ ਨੂੰ ਖਾਵੇ ਬਿਰਜੂ ਬ੍ਰਾਹਮਣ ਐਨ ਚੁਰਾਹੇ ਵਿੱਚ ਭਾਂਡਾ ਪੰਨ ਕੇ ਇੱਕ ਵਾਰੀ ਤਾਂ ਜੈਲਦਾਰੀ ਦਾ ਭਾਰ ਹਲਕਾ ਕਰ ਦਵੇ ਪਰ ਫੇਰ ਉਹਦਾ ਅੰਦਰਲਾ ਹੀ ਉਹਨੂੰ ਕਿਵੇਂ ਨਾ ਕਿਵੇਂ ਮੋੜ ਦਿੰਦਾ ਕਾ ਨੂੰ ਅੱਗਾ ਮਾਰਨਾ ਸਿਆਣੀ ਧੀ ਵਾ ਪਰ ਨੰਦੀ ਆਪਣੀ ਜਠਾਣੀ ਹਾਰਕੌਰ ਜੈਲਦਾਰਨੀ ਨਾਲ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦੀ ਸੀ ਸੋ ਇੱਕ ਦਿਨ ਘਗਰਾ ਪਾ ਕੇ ਉਹ ਜੈਲਦਾਰਨੀ ਵੱਲ ਚਲੀ ਹੀ ਗਈ ਪੈਰੀ ਪੈਨੀਆਂ ਬੱਬੇ ਸਾਈਂ ਜੀਵੇ ਵੀਰ ਜੀਵੇ ਦੇਨ ਰੋਈ ਵੱਡ ਸੋਹਾਗਣਾਂ ਖਰਕੌਰ ਨੇ ਬੁੱਲਾਂ ਵਿੱਚ ਸੀਸ ਬੁੜਬੜਾਈ ਪੀੜੀ ਲੈ ਲੈ ਨੰਦ ਕੁਰੇ ਪੀੜੀ ਉੱਤੇ ਬੰਦਿਆਂ ਆਲਾ ਦਵਾਲਾ ਦੇਖ ਕੇ ਨੰਦਕੌਰ ਨੇ ਹੌਲੀ ਬਾਜ ਵਿੱਚ ਬੋਲੀ ਇੱਕ ਗੱਲ ਕਰਨ ਆਈਆਂ ਮੈਂ ਤਾਂ ਬੇਬੇ ਤੈਨੂੰ ਕੋ ਸੁਣਿਆ ਨਾ ਬਹੂ ਖਰਕੌਰ ਬੇਬੀ ਦੀਆਂ ਅੱਖਾਂ ਅੱਡੀਆਂ ਰਹਿਦੀਆਂ ਦੇਖ ਬੇਬੇ ਗੁੱਸਾ ਤਾਂ ਨਾ ਕਰੀ ਜੇ ਦੁੱਖ ਮੰਨੀ ਦਾ ਤਾਂ ਹੀ ਆ ਨਿਕਲਦੀ ਐ ਆਪਾਪਾ ਮੇਕੇ ਮੇਰੀ ਜੀ ਪਰਤੀ ਤੇਰੀ ਜੇਹੀ ਜੇਹੀ ਮੇਰੀ ਹਰਕਰ ਦਾ ਕਾਲਜਾ ਤੱਕ-ਤੱਕ ਕਰਨ ਲੱਗਾ ਲੈ ਕਿਤੇ ਦੋ ਤਾਂ ਨਹੀਂ ਕਮਲਗੇ ਉਹਨੇ ਖੁਸ਼ਕ ਹੁੰਦੇ ਸੰਗ ਵਿੱਚੋਂ ਮਸੀ ਆਖਿਆ ਨੰਦੀਪਾ ਮੈਂ ਇਸ ਗੱਲ ਲਈ ਤਿਆਰ ਹੋ ਕੇ ਵੀ ਆਈ ਸੀ ਕਿ ਜੇ ਸੁਣ ਕੇ ਜੈਲਦਾਰ ਨਹੀਂ ਉਲਟਾ ਅੱਗੋਂ ਸਿਰ ਨੂੰ ਆਈ ਤਾਂ ਅੱਜ ਉਹ ਵੀ ਚੰਗੀ ਤਰ੍ਹਾਂ ਉਹਦੀ ਛੋਸ ਝਾੜ ਕੇ ਹੀ ਛੱਡੇਗੀ ਪਰ ਤਾਂ ਵੀ ਉਹਨੇ ਹੌਲੀ-ਹੌਲੀ ਬੋਲ ਕੇ ਆਪਣਾ ਤਪਰੇ ਢੰਗ ਨਾਲ ਤੇ ਦਿਵਾਲੀ ਸਾਰੀ ਗੱਲ ਜਿਵੇਂ ਉਸਨੇ ਸੁਣੀ ਸੀ ਸਾਰੀ ਉਹਨੂੰ ਕਹਿ ਸੁਣਾਈ ਹਰ ਕੋਰ ਬੀਬੇ ਨੇ ਸੁਣਦਿਆਂ ਹੀ ਸਿਰ ਦਾ ਦੁਪੱਟਾ ਲਾ ਕੇ ਨੰਦਕੌਰ ਦੇ ਪੈਰਾਂ ਵਿੱਚ ਰੱਖ ਦਿੱਤਾ ਮੇਰੀ ਇੱਜ਼ਤ ਤੇਰੇ ਪੈਰਾਂ ਵਿੱਚ ਤੇਖੀ ਨੰਦ ਕੁਰੇ ਪਿੰਡ ਵਿੱਚ ਕੂਰਕੂਰ ਨਾ ਹੋ ਜੇ ਨੰਦੀ ਸਮਰਾਲੋ ਦੀਆਂ ਅੱਖਾਂ ਪਰ ਆਈਆਂ ਉਹ ਥੜਕੀ ਆਵਾਜ਼ ਵਿੱਚ ਬੋਲੀ ਮੇਰੇ ਸਿਰ 'ਪਾਪ ਨਾ ਝੜਾ ਬੇਬੇ ਮੈਂ ਤੈਨੂੰ ਕਹਿਣਾ ਕਿਸੇ ਕੋਲ ਮੇਰਾ ਘਰ ਤੇਰੇ ਨਾਲ ਨਹੀਂ ਮੱਚੂ ਇੱਕ ਤੇਰੇ ਤਾਈ ਚੱਲ ਕੇ ਜ਼ਰੂਰ ਆ ਗਈ ਮੇਰੇ ਕੋਲ ਚੱਲ ਕੇ ਤੂੰ ਜੰਮ ਜਮਾ ਹਾਂ ਤੇਰੇ ਸਾਹਮਣੇ ਮੇਰਾ ਧੋਲਾ ਝੱਟਾ ਮਨੁੱਖਾਂ ਦੇ ਕੰਨੀ ਗੱਲ ਨਾ ਚੜੇ ਤੂੰ ਅੰਦਰ ਵੜ ਕੇ ਮੇਰੇ ਭਾਵੇਂ 100 ਛਿੱਤਰ ਮਾਰ ਲੈ ਐ ਨਾ ਕਹੋ ਬੀਬੇ ਐ ਨਾ ਕਹੋ ਮੈਂ ਤਾਂ ਸਾਰੀ ਉਮਰ ਸਿੱਖਾਂ ਉੱਤੇ ਪੁੱਜਦੀ ਰਹੀ ਆਂ ਮੇਰਾ ਦਿਲ ਜਾਣਦਾ ਕਿੰਨਾ ਸੱਲ ਹੁੰਦਾ ਬਦਨਾਮੀ ਦੇ ਜਿਉਣ ਦਾ ਨੰਦੁਕਰੇ ਤੂੰ ਬੜੀ ਮੈਂ ਛੋਟੀ ਹਰ ਕੋਰ ਦੇ ਬੁੱਲ ਕੰਬਣ ਲੱਗੇ ਮਹਾ ਮੋਠਾ ਚ ਕੌਣ ਬੜਾ ਛੋਟਾ ਬੇਬੇ ਨੰਦੁਕਰੇ ਅਸੀਂ ਤੇਰੇ ਨਾਲ ਬੜੀਆਂ ਕੀਤੀਆਂ ਹਰ ਕੋਰ ਵਰਗਾ ਨਵਾਂ ਅੱਜ ਕੋਈ ਨਹੀਂ ਸੀ ਤੂੰ ਮੇਰਾ ਬਸਾ ਕਰ ਬੇਬੇ ਤੂੰ ਮੈਨੂੰ ਆਪਣੀ ਜਾਨ ਬਸ ਤੂੰ ਮੈਨੂੰ ਆਪਣੀ ਜਾਨ ਭਰੇ ਗਲੇ ਨਾਲ ਕਹਿੰਦਿਆਂ ਨੰਦੀ ਮੂੰਹ ਉੱਤੇ ਵਗ ਤੁਰੀਆਂ ਪਾਣੀ ਦੀਆਂ ਘਰਾਂ ਪੁੰਜਣ ਲੱਗੀ ਲੱਖ ਰੰਜੀਆਂ ਦੇ ਹੁੰਦਿਆਂ ਵੀ ਆਪਣਾਏ ਜਾਣ ਲਈ ਤਰਸਦੀ ਨੰਦੋਂ ਨੇ ਕਦੇ ਵਸਾ ਘਾਤ ਨਾ ਕੀਤਾ ਵਿੱਚੋਂ ਵਿੱਚ ਸੁਲਗ ਦੀ ਗੱਲ ਭਾਵੇਂ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ ਪਰ ਅਸ਼ਕੇ ਪਿੰਡ ਦੇ ਜੋ ਕਿਸੇ ਨੇ ਵੀ ਤੁਖ ਦੀ ਨੂੰ ਹਵਾ ਦੇਣ ਦਾ ਯਤਨ ਕੀਤਾ ਹੋਵੇ ਹਰ ਕਿਸੇ ਨੇ ਬਾਹ ਲੱਗਦੀ ਇਹ ਭੇਤ ਆਪਣੇ ਕੋਲ ਸਾਹਮਿਆ ਹੋਇਆ ਸੀ